ਸਾਨੂੰ ਸਟੇਜ ਤੇ ਦਿਖਾਉਂਦੇ ਨੇ। ਅੱਛਾ ਮੋਰੇ ਬੈਠੇ ਦਿਖਾਉਂਦੇ ਲੋਕ ਸਾਨੂੰ। ਅੱਛਾ ਆਹ ਨਾਗਰੀ ਆਹ ਨਾਗਰੀ ਤੁਹਾਡਾ ਰਿਸ਼ਤਾ ਭੈਣ ਭਰਾ ਕਦੇ ਨਹੀਂ ਹੋ ਸਕਦਾ। ਕਹਿੰਦੇ ਘਰ ਘਰ ਵਾਲਾ ਘਰ ਵਾਲੀ ਵਾਂਗੂ ਆ ਤੇ ਪਰ ਉਹ ਬਸ ਵਿਆਹ ਜਾਂ ਨਹੀਂ ਕਰਾਉਂਦੇ। ਕੀ ਗੱਲ ਬੇਬੇ, ਇਹ ਪਹਿਲਾਂ ਹੀ ਤੁਸੀਂ ਗਾਣਾ ਲਿਖਤਾ ਅਡਵਾਂਸ 'ਚ? ਹਾਂਜੀ ਮੈਂ ਇਹਨਾਂ ਲਈ ਵੀ ਜਦੋਂ ਕੱਲ੍ਹ ਨੂੰ ਇਹਨਾਂ ਦਾ ਵਿਆਹ ਹੋ ਗਿਆ ਫਿਰ ਉਦੋਂ ਗਾਇਆ ਕਰਾਉਂਦੇ ਹੁੰਦੇ। ਆਪਣੇ ਸਟੂਡੀਓ ਦੇ ਬਾਹਰ ਵਿਆਹ ਵਾਲੇ ਮੁੰਡੇ ਕੁੜੀਆਂ ਨੇ ਬੁਲਾਉਂਦੇ, ਉਹਨੇ ਸਾਡੀ ਵੀ ਲਾਤੀ, ਉਹ ਸਾਰੇ ਸਕੂਲ ਚ ਰੌਲਾ ਪੈ ਗਿਆ ਜੀ ਮਨਦੀਪ ਨੇ ਵਿਆਹ ਕਰਾ। ਉਹਨਾਂ ਨੇ ਫਿਰ ਸੋਚਿਆ ਜੀ ਦਾ ਨਾਂ ਕੁਛ ਹੋਰ ਨਹੀਂ ਰੱਖਿਆ, ਮੈਂ ਕਹਿਣਾ ਨਹੀਂ ਚਾਹੁੰਦਾ ਵੀ ਯਾਰ ਇਹ ਸੋਚਿਆ ਕਿਹੜੇ ਪਾਸੇ ਰਹਿ ਗਿਆ। ਜਦੋਂ ਮੈਂ ਚੈਤ ਕਰਦੀ ਸੀ ਮੈਂ ਨਹੀਂ ਜਾਣਾ ਘਰ ਜਾਣਾ ਨਾ ਮੈਂ ਗੋਣੇ ਗੋਣ, ਉਹ ਇੱਦਾਂ ਕਹਿੰਦੀ ਸੀ ਸੁੱਚੇ ਨੇ ਕਾਲਾ ਜਾਦੂ ਕਰਾਤਾ ਮੇਰੀ ਕੁੜੀ ਦੇ। ਪਹਿਲਾਂ ਨਵੀਂ ਨਵੀਂ ਸ਼ੁਰੂ ਕੀਤਾ ਤੇ ਮੈਂ ਇੱਦਾਂ ਇੱਦਾਂ ਮਤਲਬ ਟੱਚ ਕਰਕੇ ਜਾਂ ਮਾਰ ਕੇ ਹੈਨਾ, ਤੂੰ ਇੱਕ ਵਾਰੀ ਮੂੰਹ ਤੇ ਜ਼ੋਰ ਨਾ ਲੱਗੇ ਜ਼ਿੰਦਗੀ ਦਾ ਜਿਹੜਾ ਗੁੜ ਦੀ ਚਾਹ ਐਲਬਮ ਸੀ ਪੂਰੀ ਤੇ ਉਹ ਪੋਸਟਰ ਲਈ ਫੋਟੋਆਂ ਲੱਗਦੀਆਂ ਸੀਗੀਆਂ ਤੇ ਉਹ ਨਾ ਸਟੂਡੀਓ ਵਾਲਾ ਵੀ ਸਾਡੇ ਪਿੰਡ ਦਾ ਹੀ ਸੀ ਭਾਜੀ ਤੇ ਉਹਨੇ ਨਾ ਫੋਟੋ ਖਿੱਚੀਆਂ ਸਾਡੀਆਂ ਹੁਣ ਮੋਢੇ ਤੇ ਰੱਖ ਕੇ ਜੂੜ ਜੋੜੀਆਂ ਖਿਚਾਉਂਦੀਆਂ ਤੇ ਇਹਦਾ ਫੋਟੋ ਖਿੱਚੀ ਹੋਈ ਤੇ ਇੱਕ ਜਿਹੜਾ ਸਟੂਡੀਓ ਉਹਦਾ ਉਹ ਮੇਰੇ ਸਕੂਲ ਦੇ ਬਾਹਰ ਤੇ ਉਹ ਫੋਟੋ ਨੀ ਲਾ ਦਿੰਦੇ ਆ ਆਪਣੇ ਸਟੂਡੀਓ ਦੇ ਬਾਹਰ ਵਿਆਹ ਵਾਲੇ ਮੁੰਡੇ ਕੁੜੀਆਂ ਨੇ ਬੁਲਾਉਂਦੇ, ਉਹਨੇ ਸਾਡੀ ਵੀ ਲਾਤੀ, ਉਹ ਸਾਰੇ ਸਕੂਲ ਚ ਰੌਲਾ ਪੈ ਗਿਆ ਜੀ ਮਨਦੀਪ ਨੇ ਵਿਆਹ ਕਰਾ। ਉਹ ਪੈਂਦਾ ਪੈਂਦਾ ਰੌਲਾ ਸਾਰੇ ਪਿੰਡ ਚ ਪੈ ਗਿਆ। ਉਹਨਾਂ ਨੇ ਫਿਰ ਸੋਚਿਆ ਜੀ ਦਾ ਨਾਂ ਕੁਛ ਹੋਰ ਨੀ ਰੱਖਿਆ, ਮੈਂ ਕਹਿਣਾ ਨੀ ਚਾਹੁੰਦਾ ਵੀ ਯਾਰ ਇਹ ਸੋਚਿਆ ਕਿਹੜੇ ਪਾਸੇ ਰਹਿ ਗਿਆ। ਨਹੀਂ ਪਰ ਇਹ ਬਹੁਤ ਵੱਡਾ ਸਵਾਲ ਹੁੰਦਾ ਅਕਸਰ ਵੀ ਕਲਾਕਾਰ ਨੇ ਗਾਉਣਗੇ ਵਿਆਹ ਕਰਾਉਣਗੇ ਵਿਆਹ ਨਹੀਂ ਕਰਾਉਣਗੇ, ਲੋਕਾਂ ਨੂੰ ਬੜਾ ਚਾਅ ਜਾ ਰਹਿੰਦਾ। ਹੁਣ ਤੁਸੀਂ ਵੀ ਕਲੀਅਰ ਕਰ ਦੋ, ਨਹੀਂ ਏਦਾਂ ਦੇ ਕਮੈਂਟ ਆਈ ਜਾਣੇ। ਪਰਮਾਤਮਾ ਸੋਖੀ ਰੱਖੇ, ਵਧੀਆ ਚੱਲਦਾ ਸਭ ਕੁਛ ਠੀਕ ਠਾਕ ਆ ਮੇਰਾ ਖਿਆਲ। ਮੈਂ ਤਾਂ ਏਦਾਂ ਦਾ ਬੰਦਾ ਆ ਵੀ ਕਦੇ ਮਾਰੇ ਕਰੇ ਨਾ ਜੇ ਹੋ ਵੀ ਜਾਵੇ ਤਾਂ ਮੈਂ ਚੁੱਪ ਹੀ ਰਹੂੰਗਾ, ਮੈਂ ਨਹੀਂ ਕਦੇ ਕਿਹਾ। ਨਹੀਂ ਪਰ ਜਿਵੇਂ ਤੁਸੀਂ ਛੋਟੇ ਹੁੰਦੇ ਆਪਦੇ ਬਾਪੂ ਦੇ ਰਾਖ ਲਾ ਦਿੰਦੇ ਸੀ, ਕਿਤੇ ਮੈਡੀ ਤਾਂ ਨਹੀਂ ਕੋਈ ਰਾਖ ਘੋਲ ਕੇ ਲਾ ਦੀ ਵੀ ਉਹ ਕਿਹੜਾ ਅਸਰ ਕੀਤਾ। ਮੇਰੀ ਮੰਮੀ ਮੈਨੂੰ ਕਹਿੰਦੀ ਹੁੰਦੀ ਸੀ ਪਹਿਲਾਂ ਜਦੋਂ ਮੈਂ ਚੈਤ ਕਰਦੀ ਸੀ ਵੀ ਮੈਂ ਨਹੀਂ ਜਾਣਾ ਘਰ ਜਾਣਾ ਨਾ ਮੈਂ ਗੋਣੇ ਗੋਣ, ਉਹ ਇੱਦਾਂ ਕਹਿੰਦੀ ਸੀ ਸੁੱਚੇ ਨੇ ਕਾਲਾ ਜਾਦੂ ਕਰਾਤਾ ਮੇਰੀ ਕੁੜੀ ਦੇ, ਵੀ ਕੁੜੀ ਉਹਦੀ ਬੋਲੀ ਬੋਲਦੀ ਹੈ। ਮੇਰੇ ਸਾਰੇ ਬਾਬਿਆਂ ਚ ਵੀ ਗਾਇਆ, ਹਰ ਹਰ ਮੇਲੇ ਚ ਗਾਇਆ ਜਿਹਨੇ ਸਾਡੇ ਦੁਆਬੇ ਦੇ ਜ਼ਿਆਦਾ ਮੇਲੇ ਆ, ਸਾਰੇ ਬਾਬੇ ਨਿੱਜੀ ਤੌਰ ਤੇ ਮੈਂ ਲਾਗੇ ਜਾਣਦਾ। ਠੀਕ ਹੈ, ਕੋਈ ਬਾਬਾ ਨਹੀਂ ਜ਼ਿਆਦਾ ਕੰਮ ਕਰਦਾ, ਇਹ ਸਿਰਫ ਰੌਲਾ ਲੋਕਾਂ ਦਾ ਆਪ ਹੀ ਪਾਪੂ ਲੈਂਦੇ ਆ ਵੀ ਕਿਸੇ ਦੇ ਮੁੰਡਾ ਹੋਣਾ ਦੋ ਚੋਂ ਦੇ ਹੋ ਹੀ ਜਾਣਾ ਸੌ ਚੋਂ, ਉਹ ਬਾਬਾ ਜੀ ਨੂੰ ਮੰਨਣ ਲੱਗ ਜਾਂਦੇ ਆ, ਬਾਬੇ ਦਾ ਤੋਰੀ ਫੁਲਕਾ ਚੱਲਣਾ ਪੈਂਦਾ। ਪਰ ਕਲਾਕਾਰ ਤਾਂ ਸਭ ਤੋਂ ਵੱਧ ਤਵੀਤਾ ਕਰਦਾ ਹਨਾ, ਪਰ ਕਲਾਕਾਰ ਤਾਂ ਸਭ ਤੋਂ ਵੱਧ ਗੁਣਗਾਣ ਬਾਬਿਆਂ ਦਾ ਕਰਦੇ, ਕਰਨਾ ਪੈਣਾ ਭਾਜੀ, ਪੈਸੇ ਕਿੱਥੋਂ ਲੈਣੇ, ਮੇਲੇ ਬਾਬਿਆਂ ਦੇ। ਅੱਛਾ
ਜੇ ਅਸੀਂ ਬਾਬੇ ਦੇ ਪੈਰੀਆਂ ਹੱਥ ਨਹੀਂ ਲਾਉਂਦੇ ਜਿਸ ਤੋਂ ਬਾਬੇ ਤੋਂ ਪੈਸੇ ਲੈਣੇ ਆ ਤਾਂ ਉਹਨੇ ਸਾਨੂੰ ਖੁਸ਼ ਹੋ ਕੇ ਪੇਮੈਂਟ ਨਹੀਂ ਦੇਣੀ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਤੁਹਾਡੇ ਚੱਕਰ 'ਚ 40 ਹੋਰ ਲਾਉਣਗੇ ਵੀ ਜਦੋਂ ਨਹੀਂ ਜਿਹੜੇ ਅਸਲੀਅਤ ਚੀਜ਼ਾਂ ਅਸੀਂ ਜਿੱਥੋਂ ਦਿਲ ਲੱਗਿਆ ਦਿਲ ਤਾਂ ਇਕੱਠਾ ਹੀ ਹੁੰਦਾ ਉਹਦਾ ਹਰ ਬੰਦੇ ਆਪਾਂ ਹੱਥ ਮਿਲਾਉਂਦੇ ਹੱਥ ਬੰਦੇ ਜੱਫੀਆਂ ਪਾਉਂਦੇ ਆ ਪਰ ਜਿਹੜੇ ਅਸਲੀ ਜੱਫੀਆਂ ਦੋ ਚਾਰ ਹੀ ਹੁੰਦੀਆਂ ਉੱਥੇ ਪੈਣੀਆਂ ਸਾਡੀ ਜਿੱਥੇ ਲੱਗੀ ਤੇ ਲੱਗੀ ਜਿੱਦਾਂ ਦਰਬਾਰਾਂ ਤੇ ਮੇਲੇ ਲੱਗਦੇ ਉਹਨਾਂ 'ਚ ਕੋਈ ਗੱਲ ਹੈ ਤਾਂ ਤਾਂ ਹੀ ਲੋਕ ਲੱਗਦੇ ਆ ਤਾਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਤਾਂ ਹੀ ਲੋਕ ਕਿਸੇ ਗੱਲ ਤੇ ਬੜੇ ਕਿਸੇ ਨਾਂ ਤੇ ਅੱਛਾ ਮੈਂਡੀ ਜੀ ਪਹਿਲਾਂ ਜਦੋਂ ਜਿੱਦਾਂ ਮੈਂ ਹੋਰ ਆਰਟਿਸਟ ਨੂੰ ਦੇਖਦੀ ਸੀ ਨਾ ਤੇ ਮੈਂ ਉਹਨਾਂ ਨੂੰ ਕਾਪੀ ਕਰਦੀ ਆ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਨਹੀਂ ਕਿਸੇ ਨੂੰ ਕਾਪੀ ਕਰਦੀ ਮੈਨੂੰ ਜਿਹੜੇ ਵਿੱਚੋਂ ਜਿਹੜੀ ਵੀ ਚੀਜ਼ ਵਧੀਆ ਲੱਗਦੀ ਆ ਮੈਂ ਉਹ ਕੋਸ਼ਿਸ਼ ਕਰਦੀ ਆ ਵੀ ਅਪਣਾਵਾਂ ਤੇ ਉਹ ਕੁਝ ਕੁ ਸੀਗੀਆਂ ਨਾ ਮੈਂ ਜਦੋਂ ਪਹਿਲਾਂ ਨਵੀਂ ਨਵੀਂ ਸ਼ੁਰੂ ਕੀਤਾ ਤੇ ਮੈਂ ਇੱਦਾਂ ਮਤਲਬ ਟੱਚ ਕਰਕੇ ਜਾਂ ਮਾਰ ਕੇ ਹੈ ਨਾ ਤੇ ਉਹ ਇੱਕ ਵਾਰੀ ਮੂੰਹ ਤੇ ਜ਼ੋਰ ਨਾ ਲੱਗੇ ਅੱਛਾ ਉਹ ਜ਼ੋਰ ਨਾ ਲੱਗੇ ਭਾਜੀ ਕਰਦੇ ਵੀ ਕੁਛ ਮੇਲੇ ਫਰੇ ਪੈਰੀ ਹੋਵੇ ਇੱਕ ਕਰਦੇ ਵੀ ਪਰੌਠਿਆਂ ਨੂੰ ਚਿੱਟਾ ਹੈ ਇਹਨਾਂ ਨੂੰ ਗੁੱਸਾ ਆ ਗਿਆ ਤੇ ਮੇਰੇ ਕੋ ਤਾਂ ਮਤਲਬ ਅਣਚਾਹੇ ਚ ਲੱਗੀ ਇਹਨਾਂ ਨੇ ਮੇਰੇ ਉੱਥੇ ਫਿਰ ਜ਼ੋਰ ਨਾ ਮਾਰੀ ਮੇਰਾ ਸ਼ਿਕਰ ਤੂੰ ਮੇਰੇ ਬਾਰੇ ਛੋਟੀ ਜੀ ਨਹੀਂ ਗੱਲ ਐ ਨਾ ਕਿ ਤੁਸੀਂ ਕਰਦੇ ਵੀ ਕਲੀਨ ਸ਼ੇਵ ਵੱਜੀ ਵੀ ਜ਼ਿਆਦਾ ਹੋਣੀ ਪਟਾਕਾ ਤਾਂ ਪੈਣਾ ਸੀਗਾ ਪਰ ਮੈਨੂੰ ਉਸ ਵੇਲੇ ਬੜਾ ਮਹਿਸੂਸ ਹੋਇਆ ਮੇਰੇ ਲੱਗੀ ਬਹੁਤ ਜ਼ੋਰ ਨਾਲ ਅੱਛਾ ਉਦੋਂ ਡਬਲ ਜ਼ੋਰ ਨਾਲ ਇਹਨੇ ਮੇਰੇ ਮਾਰੀ ਉਦੋਂ ਰੋਟੀ ਖਾਲੀ ਅਗਲੇ ਦਿਨ ਖਾਧੀ ਮਾੜਾ ਸੁਣਾ ਦੇ ਭਾਜੀ ਤੁੰਬੀ ਨੇ ਵੀ ਕਹਿਣਾ ਵੀ ਅੱਜ ਮੈਨੂੰ ਛੇੜਿਆ ਨੀ ਤੁੰਬੀ ਤਾਂ ਮੇਰੀ ਜਾਨ ਆ ਤੁੰਬੀ ਤਾਂ ਮੇਰੇ ਨਾਲ ਹੀ ਰਹਿੰਦੀ ਆ ਪੰਜਾਬੀ ਨੂੰ ਕਹਿੰਦਾ ਵੀ ਇਹ ਕੌਣ ਆ ਕਹਿੰਦਾ ਸਿੰਗਰ ਆ ਪੰਜਾਬੀ ਕਹਿੰਦਾ ਯਾਰ ਮੇਰੇ ਕੋਲ ਗਿਟਾਰ ਆ ਇੰਨੇ ਉਹਨੂੰ ਤਾਰਾਂ ਪੈਂਦੀਆਂ ਜਿੱਦਾਂ ਇਕੱਲੀ ਇੱਕ ਤਾਰ ਨਾਲ ਕਹਿੰਦਾ ਵਜਾਉਂਦਾ ਮੇਰੇ ਕੋਲ ਇੰਨੇ ਤਾਰਾਂ ਨਹੀਂ ਵੱਜਦਾ ਅੱਛਾ ਉਹ ਇੱਦਾਂ ਸਾਰੇ ਪੈਸੇ ਮਿਲਦੇ ਗਏ ਸੀ ਠੀਕ ਹੈ ਇੰਗਲੈਂਡ ਦੀ ਗੱਲ ਤੁੰਬੀ ਵਿੱਚ ਤੇ ਮੈਂ ਉਹ ਕੋਸ਼ਿਸ਼ ਆਪਣੇ ਹਿਸਾਬ ਨਾਲ ਥੋੜ੍ਹੀ ਕੀਤੀ ਹਾਂਜੀ ਹਾਂਜੀ ਮੈਨੂੰ ਲੱਗਦਾ ਥੋੜੀ ਵੀਣ ਆ ਇਹਦੇ ਨਾਲ ਹੀ ਕੀਲਦੇ ਹੋ ਤੁਸੀਂ।